ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਦੇਖ ਸਰ ਜਾਨੀ ਬਹੁਤ ਵਧੀਆ ਹੋਵੋਗੇ। ਸੋ ਮੈਨੂੰ ਕਾਫੀ ਜ਼ਿਆਦਾ ਮੈਸੇਜਸ ਆਏ ਸੀਗੇ ਕਿ ਦੀਦੀ ਡੇਲੀ ਰੂਟੀਨ 'ਤੇ ਤੁਸੀਂ ਬਣਾਓ ਵਲੋਗ, ਮਤਲਬ ਡੇਲੀ ਰੂਟੀਨ 'ਚ ਜਿੰਨਾ ਵੀ ਤੁਸੀਂ ਮੇਕਅਪ ਕਰਦੇ ਹੋ ਤੁਸੀਂ ਉਹਦੇ 'ਤੇ ਵਲੋਗ ਬਣਾਓ। ਅਤੇ ਮਤਲਬ ਕਿ ਇੱਦਾਂ ਆ ਵੀ ਆਪਾਂ ਜਿਹੜਾ ਮੈਂ ਅੱਜ ਮੇਕਅਪ ਕਰਕੇ ਤੁਹਾਨੂੰ ਦਿਖਾਊਂਗੀ ਇਹ ਮੈਂ ਨੋਰਮਲ ਜੇ ਜਿੰਨਾ ਕੁ ਮੈਨੂੰ ਆਉਂਦਾ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ। ਮਤਲਬ ਇੰਨਾ ਕੁ ਮੇਕਅਪ ਕਰਕੇ ਆਪਾਂ ਕਿਤੇ ਲਾਗੇ ਬੰਨੇ ਵੀ ਜਾ ਸਕਦੇ ਹਾਂ, ਮਤਲਬ ਸ਼ਹਿਰ ਬਾਜ਼ਾਰ ਹੈ ਨਾ, ਅਤੇ ਕੁਆਰੀਆਂ ਕੁੜੀਆਂ ਵੀ ਇੰਨਾ ਕੁ ਮੇਕਅਪ ਕਰ ਸਕਦੀਆਂ। ਅਤੇ ਡੇਲੀ ਮਤਲਬ ਵਿਆਹ ਤੋਂ 2-3 ਸਾਲ ਬਾਅਦ ਇੰਨਾ ਕੁ ਮੇਕਅਪ ਕਰਕੇ ਰੱਖਣਾ ਨੋਰਮਲ ਜਿਹਾ ਮਤਲਬ ਕਰਨਾ ਪੈਂਦਾ ਹੀ ਆ, ਨੋਰਮਲ ਜਿਹਾ ਮੇਕਅਪ ਕਰਕੇ ਰੱਖਣਾ ਪੈਂਦਾ ਵਾ, ਹੈ ਨਾ। ਸੋ ਮੈਂ ਉਹਨਾਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ। ਅਤੇ ਮੈਂ ਜਿਹੜੇ ਵੀ ਪ੍ਰੋਡਕਟ ਯੂਜ਼ ਕਰੂੰਗੀ ਮੈਂ ਤਾਂ ਕਿਸੇ ਦਾ ਵੀ ਨਾਮ ਨਹੀਂ ਲਊਂਗੀ, ਕਿਉਂਕਿ ਬਈ ਆਪਣਾ ਆਪਣਾ ਬਜਟ ਹੁੰਦਾ ਵਾ, ਹੈ ਨਾ। ਹਰੇਕ ਨੇ ਆਪਣੇ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਡਕਟ ਯੂਜ਼ ਕਰਨੇ ਹੁੰਦੇ ਆ। ਸੋ ਮੈਂ ਜਿਹੜਾ ਵੀ ਫਾਊਂਡੇਸ਼ਨ ਯੂਜ਼ ਕਰੂੰਗੀ ਜਾਂ ਜਿਹੜਾ ਵੀ ਪ੍ਰਾਈਮਰ ਲਿਪਸਟਿਕ ਫਲਾਨਾ ਟਮਕਾਨਾ ਜੋ ਵੀ ਯੂਜ਼ ਕਰਦੀ ਹਾਂ, ਹੈ ਨਾ, ਮੈਂ ਉਹਦਾ ਕਿਸੇ ਦਾ ਵੀ ਨਾਮ ਨਹੀਂ ਲਊਂਗੀ। ਅਤੇ ਬਸ ਇੰਨਾ ਕੁ ਕਹਿ ਦਿੰਦੀ ਹਾਂ ਕਿ ਫਾਊਂਡੇਸ਼ਨ ਤੁਸੀਂ ਆਪਣੀ ਸਕਿੰਨ ਦੇ ਟੋਨ ਅਕੋਰਡਿੰਗ ਹੀ ਲੈਣਾ, ਮਤਲਬ ਸਕਿੰਨ ਟੋਨ ਜੋ ਵੀ ਤੁਹਾਡੀ, ਮਤਲਬ ਜੇ ਤੁਹਾਡਾ ਸਾਂਵਲਾ ਰੰਗ ਆ, ਹੈ ਨਾ, ਅਤੇ ਉਹਦੇ ਅਕੋਰਡਿੰਗ ਲੈ ਲਓ। ਅਤੇ ਜੇ ਮਤਲਬ ਜ਼ਿਆਦਾ ਸਕਿੰਨ ਮਤਲਬ ਸਾਫ਼ ਆ, ਹੈ ਨਾ, ਪਹਿਲੀ ਗੱਲ ਤੁਹਾਨੂੰ ਲਾਉਣ ਦੀ ਲੋੜ ਹੀ ਨਹੀਂ, ਅਤੇ ਦੂਜੀ ਗੱਲ ਜੇ ਲਾਉਣਾ ਵਾ ਤਾਂ ਆਪਣੀ ਸਕਿੰਨ ਦੇ ਅਕੋਰਡਿੰਗ ਬੰਦਾ ਲੈ ਲਵੇ। ਸੋ ਮੇਰੀ ਸਕਿੰਨ ਡਰਾਈ ਆ ਅਤੇ ਮੈਨੂੰ ਇਹ ਪਸੰਦ ਆ ਕਿ ਮੇਰਾ ਮੇਰਾ ਫੇਸ ਥੋੜ੍ਹਾ ਜਿਹਾ ਆਇਲੀ ਆਇਲੀ ਰਹੇ। ਸੋ ਹੁਣ ਆਪਾਂ ਜਾਂ ਬਹੁਤੀਆਂ ਗੱਲਾਂ ਕਰਦੇ ਹੋਏ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸਟਾਰਟ ਕਰੀਏ ਅੱਜ ਦਾ ਵਲੋਗ, ਅਤੇ ਲੈਟਸ ਸਟਾਰਟ। ਮੈਂ ਮਤਲਬ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਗਰਮੀ ਹੈ, ਅਤੇ ਮੈਂ ਗਰਮੀ ਦੇ ਅਕੋਰਡਿੰਗ ਪਹਿਲਾਂ ਫੇਸ 'ਤੇ ਸਨਸਕ੍ਰੀਨ ਲਗਾਉਂਗੀ, ਅਤੇ ਜੇ ਆਪ ਸਿਆਲ ਵਾ ਅਤੇ ਸਿਆਲ ਦੇ ਅਕੋਰਡਿੰਗ ਪਹਿਲਾਂ ਬੰਦਾ ਉਹਦੀ ਸਕਿੰਨ 'ਤੇ ਉਹ ਲਾ ਲਵੇ ਮੋਸਚਰਾਈਜ਼ਰ, ਮੈਨੂੰ ਲੈਣਾ ਨਹੀਂ ਉਹਦਾ ਨਾਮ, ਬਟ ਉਹ ਲਾ ਸਕਦਾ ਵਾ। ਅਤੇ ਮੈਂ ਪਹਿਲਾਂ ਸਨਸਕ੍ਰੀਨ ਲਗਾ ਲੂੰਗੀ ਉਹਦੇ ਫੇਸ 'ਤੇ। ਵੈਸੇ ਇਕੱਲੀ ਸਨਸਕ੍ਰੀਮ ਲਗਾ ਕੇ ਵੀ ਬੰਦਾ ਬਾਹਰ ਜਾ ਸਕਦਾ ਵਾ, ਪਰ ਇੱਕ ਜਿਹੜਾ ਹੈਗਾ ਵਾ ਨਾ ਉਹ ਪ੍ਰਾਈਮਰ, ਉਹ ਮੇਰਾ ਫੇਵਰੇਟ ਪ੍ਰਾਈਮਰ ਆ, ਅਤੇ ਉਹ ਮਤਲਬ ਇਹ ਬਹੁਤ ਜ਼ਿਆਦਾ ਵਧੀਆ ਵਾ। ਮੈਂ ਸੂਟ ਪਾਇਆ ਸੀਗਾ ਕਾਲੇ ਰੰਗ ਦਾ, ਅਤੇ ਸੂਟ ਦਾ ਜ਼ਿਆਦਾ ਵੱਡਾ ਗਲਾ ਸੀਗਾ, ਅਤੇ ਫਿਰ ਮੈਂ ਜੇ ਮੈਂ ਕਿਹਾ ਜੇ ਕੋਈ ਹੋਰ ਚੁੰਨੀ ਲਊਂਗੀ ਤਾਂ ਉਹਦੇ ਨਾਲ ਨਾ ਉਹ ਤੁਹਾਨੂੰ ਮੇਕਅਪ ਨਹੀਂ ਦਿਸਣਾ ਹੈਗਾ, ਅਤੇ ਮਤਲਬ ਮੈਂ ਆਖਿਆ ਫਿਰ ਮੈਂ ਆਪਣੇ ਸੂਟ ਨਾਲ ਦੀ ਚੁੰਨੀ ਲੈ ਲਵਾਂ। ਅਤੇ ਬਿਨਾਂ ਚੁੰਨੀ ਤੋਂ ਵਲੋਗ ਵੀਡੀਓ ਇੱਦਾਂ ਮਤਲਬ ਨਹੀਂ ਸੀ ਬਣਾ ਸਕਦੇ, ਗਲਾ ਥੋੜ੍ਹਾ ਜ਼ਿਆਦਾ ਸੂਟ ਦਾ ਡੀਪ ਆ, ਅਤੇ ਇੱਦਾਂ ਕਰਕੇ ਪਹਿਲਾਂ ਸਨਸਕ੍ਰੀਮ ਲਗਾ ਲੈਣੀ ਆ। ਤਾਂ ਸਨਸਕ੍ਰੀਮ ਵੀ ਮੇਰੀ ਇੰਨੀ ਵਧੀਆ ਵਾ, ਇਹਦੇ ਨਾਲ ਫੇਸ 'ਤੇ ਇੰਨਾ ਗਲੋ ਆ ਜਾਂਦਾ ਵਾ। ਅਤੇ ਮੈਂ ਮਤਲਬ ਮੈਂ ਡੇਲੀ ਵੀਡੀਓ ਬਣਾਉਣੀਆਂ ਹੁੰਦੀਆਂ, ਤਾਂ ਫਿਰ ਵੀਡੀਓ ਦੇ ਅਕੋਰਡਿੰਗ ਆਪਣਾ ਮੇਕਅਪ ਕਰਨਾ, ਵੀਡੀਓ ਦੇ ਲਈ ਮੇਕਅਪ ਕਰਨਾ ਪੈਂਦਾ, ਮੇਕਅਪ ਕਰਨ ਦੇ ਬਾਅਦ ਵੀ ਫਿਲਟਰ ਲਾਉਣਾ ਪੈਂਦਾ, ਕਿਉਂਕਿ ਜਿਹੜੀਆਂ ਮੈਂ ਜਿੰਨਾ ਮਰਜ਼ੀ ਮੇਕਅਪ ਕਰ ਲਵਾਂ ਮੇਰੀਆਂ ਛਾਈਆਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਦਿਸਦੀਆਂ ਹੀ ਰਹਿੰਦੀਆਂ ਵਾ, ਕਿਉਂਕਿ ਇਹ ਮੈਨੂੰ ਪ੍ਰੋਬਲਮ ਆ ਥੋੜ੍ਹੀ ਜਿਹੀ ਛਾਈਆਂ ਦੀ, ਮੇਰੇ ਮੈਨੂੰ ਮਤਲਬ ਇਹ ਵਿਆਹ ਤੋਂ ਬਾਅਦ ਜ਼ਿਆਦਾ ਗੂੜੀਆਂ ਹੋ ਗਈਆਂ ਸੀ, ਕਿਉਂਕਿ ਮੈਂ ਥੋੜ੍ਹੀ ਜਿਹੀ ਬਿਮਾਰ ਹੋ ਗਈ ਹਾਂ, ਅਤੇ ਉਹਦੇ ਕਰਕੇ ਮੇਰੀਆਂ ਛਾਈਆਂ ਨਾ ਉਦੋਂ ਨਹੀਂ ਪੱਕ ਕੇ ਗਈਆਂ ਵਾ। ਵੈਸੇ ਮੇਰਾ ਇਲਾਜ ਚੱਲਦਾ ਪਿਆ, ਅਤੇ ਪਰ ਛਾਈਆਂ ਨੂੰ ਹਾਲੇ ਘੱਟ ਹੀ ਫਰਕ ਪਿਆ ਵਾ। ਅਤੇ ਤੁਸੀਂ ਇੱਦਾਂ ਕਰਕੇ ਸਨਸਕ੍ਰੀਮ ਲਗਾ ਲੈਣੀ ਆ, ਅਤੇ ਮੈਂ ਸਨਸਕ੍ਰੀਮ ਲਗਾ ਲਈ ਸੀ, ਅਤੇ ਉਸ ਤੋਂ ਬਾਅਦ ਮੈਂ ਲਗਾਊਂਗੀ ਇਹਦੇ 'ਤੇ ਪ੍ਰਾਈਮਰ 2 ਮਿੰਟ। ਮੈਂ ਕਿਹਾ ਮਤਲਬ ਚੰਗੀ ਤਰ੍ਹਾਂ ਨਾਲ ਅਬਜ਼ਰਵ ਹੋ ਜਾਵੇ ਨਾ, ਤਾਂ ਫਿਰ ਵਧੀਆ ਗੱਲ ਆ। ਸੋ ਹੁਣ ਆਪਾਂ ਪ੍ਰਾਈਮਰ ਲਗਾ ਲਾਂਗੇ, ਅਤੇ ਜਿਹੜਾ ਸਨਸਕ੍ਰੀਮ ਲਗਾਈ ਸੀਗੀ ਉਹ ਬਹੁਤ ਵਧੀਆ ਸਕਿੰਨ ਦੇ ਵਿੱਚ ਅਬਜ਼ਰਵ ਹੋ ਗਈ ਆ, ਅਤੇ ਬੜਾ ਵਧੀਆ ਮਤਲਬ ਫੀਲ ਜਿਹਾ ਆ ਰਿਹਾ ਇਹਦਾ ਨਾ, ਫੇਸ ਥੋੜ੍ਹਾ ਜਿਹਾ ਉਹ ਕੀ ਕਹਿੰਦੇ ਆਇਲੀ ਆਇਲੀ ਜਿਹਾ ਲੱਗਦਾ, ਅਤੇ ਵਧੀਆ ਲੱਗਦਾ, ਨਹੀਂ ਤਾਂ ਬਹੁਤਾ ਸੁੱਕਾ ਜਿਹਾ ਮੂੰਹ 'ਤੇ ਉਹ ਬੜਾ ਬੁਰਾ ਲੱਗਦਾ ਵਾ। ਅਤੇ ਹੁਣ ਥੋੜ੍ਹਾ ਜਿਹਾ ਲਗਾ ਲਾਂਗੇ ਪ੍ਰਾਈਮਰ, ਅਤੇ ਪ੍ਰਾਈਮਰ ਪ੍ਰਾਈਮ ਮੈਂ ਪਹਿਲਾਂ ਕਹਿੰਦਾ ਸਨਸਕ੍ਰੀਮ ਲਗਾ ਕੇ ਬੰਦਾ ਬਾਹਰ ਸਕਦਾ ਜਾ ਸਕਦਾ, ਇਹ ਪ੍ਰਾਈਮਰ ਲਗਾ ਕੇ ਬੰਦਾ ਬਾਹਰ ਜਾ ਸਕਦਾ। ਇੰਨਾ ਵਧੀਆ ਪ੍ਰਾਈਮਰ ਆ ਨਾ, ਅਤੇ ਇਹ ਮੇਰਾ ਫੇਵਰੇਟ ਪ੍ਰਾਈਮਰ ਆ। ਮੈਂ ਪਹਿਲਾਂ ਜਿੱਦਾਂ ਤੁਹਾਨੂੰ ਕਿਹਾ ਸੀ ਕਿ ਨਾਮ ਨਹੀਂ ਲਊਂਗੀ ਮੈਂ ਕਿਸੇ ਵੀ ਪ੍ਰੋਡਕਟ ਦਾ, ਅਤੇ ਮੈਂ ਨਾਮ ਨਹੀਂ ਲਊਂਗੀ ਕਿਸੇ ਵੀ ਪ੍ਰੋਡਕਟ ਦਾ। ਮੈਂ ਸੱਚੀ ਦੱਸਾਂ ਕਈ ਵਾਰ ਨਾ ਮੈਂ ਇਕੱਲਾ ਹੀ ਪ੍ਰਾਈਮਰ ਲਗਾ ਕੇ ਬਾਹਰ ਚੱਲਦੀ, ਸੱਚੀ ਮੈਨੂੰ ਇੰਨਾ ਜ਼ਿਆਦਾ ਪਸੰਦ ਆਈ ਵਾਲਾ ਪ੍ਰਾਈਮਰ। ਬੋਲੇ ਬੋਲੇ ਹੱਥਾਂ ਨਾਲ ਨਾ ਪ੍ਰਾਈਮਰ ਇੱਦਾਂ ਕਰਕੇ ਲਗਵਾ ਲੈਣਾ, ਤੁਸੀਂ ਦੇਖੋਗੇ ਨਾ ਪ੍ਰਾਈਮਰ ਲਗਾਉਣ ਤੋਂ ਬਾਅਦ ਜਿਹੜਾ ਫੇਸ 'ਤੇ ਗਲੋ ਹੁੰਦਾ। ਓ ਮਾਈ ਗੋਡ,
ਮੇਰੇ ਲਾਈਟਿੰਗ ਥੋੜੀ ਜਿਹੀ ਘੱਟ ਆ ਨਾ, ਤੇ ਨਹੀਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਦਿਸੂਗਾ। ਮਤਲਬ ਇੰਨਾ ਜ਼ਿਆਦਾ ਪ੍ਰਾਈਮਰ ਦਾ ਗਲੋ, ਇੰਨਾ ਜ਼ਿਆਦਾ ਪ੍ਰਾਈਮਰ ਦਾ ਗਲੋ ਹੈ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਅਤੇ ਸ਼ੀਸ਼ਾ ਦੇਖ ਸਕਦੀ ਹੈ ਮੇਰਾ ਸ਼ੀਸ਼ਾ, ਮੈਂ ਨਾ ਹੁਣ ਥੋੜ੍ਹੀ ਜਿਹੀ ਲਾਈਟ ਸਹੀ ਕੀਤੀ ਹੈ। ਪਹਿਲਾਂ ਲਾਈਟ ਨਹੀਂ ਪੈ ਰਹੀ ਅਤੇ ਨਾ ਤੁਹਾਨੂੰ ਦੱਸਣਾ ਨਹੀਂ ਮੇਕਅਪ, ਤਾਂ ਮੈਂ ਥੋੜ੍ਹੀ ਜਿਹੀ ਲਾਈਟ ਸੈੱਟ ਕੀਤੀ। ਅਤੇ ਮੈਂ ਪ੍ਰਾਈਮਰ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੀ ਹਾਂ ਕਿ ਕਿੰਨਾ ਜ਼ਿਆਦਾ ਗਲੋ ਆ ਗਿਆ ਫੇਸ 'ਤੇ। ਅਤੇ ਬਹੁਤ ਜ਼ਿਆਦਾ ਮੈਨੂੰ ਸੋਫਟ ਸੋਫਟ ਸਕਿੰਨ ਹੋ ਜਾਂਦੀ, ਬਹੁਤ ਜ਼ਿਆਦਾ ਸੋਫਟ ਸੋਫਟ ਇੱਦਾਂ ਨਾ ਬੜਾ ਵਧੀਆ ਲੱਗਦਾ ਵਾ। ਅਤੇ ਦੈਨ ਆਪਾਂ ਯੂਜ਼ ਕਰਾਂਗੇ ਥੋੜ੍ਹਾ ਜਿਹਾ ਫਾਊਂਡੇਸ਼ਨ, ਫਾਊਂਡੇਸ਼ਨ ਵੀ ਥੋੜ੍ਹਾ ਜਿਹਾ ਪ੍ਰੈਫਰ ਕਰਦੀ ਮੈਨੂੰ, ਜ਼ਿਆਦਾ ਵਧੀਆ ਨਹੀਂ ਲੱਗਦਾ ਹੈਗਾ ਫਾਊਂਡੇਸ਼ਨ, ਅਤੇ ਜ਼ਿਆਦਾ ਲਾਉਣਾ ਪਸੰਦ ਜਿਹਾ ਨਹੀਂ ਮੈਨੂੰ ਹੈਗਾ ਇੰਨਾ। ਅਤੇ ਪਰ ਜਿਹੜਾ ਮੇਕਅਪ ਦਾ ਸਮਾਨ ਉਹਨਾਂ ਦਾ ਉਲਦੂ ਫੁਲਦੀ ਹੋ ਜਾਂਦਾ ਵਾ। ਜਦੋਂ ਮੇਰਾ ਸ਼ੂਟ ਹੁੰਦਾ ਨਾ, ਅਤੇ ਉਦੋਂ ਮੈਂ ਜਦੋਂ ਮੇਕਅਪ ਕਰਾਉਂਦੀ ਤਾਂ ਮੈਂ ਕਹੂੰਗੀ ਹਾਏ ਕਿੰਨਾ ਹੀ ਮੂਡ ਬਿਲਡ ਦਿੱਤਾ, ਕਿਵੇਂ ਦਾ ਲੱਗੂਗਾ। ਅਤੇ ਜਦੋਂ ਚੰਗੀ ਤਰ੍ਹਾਂ ਉਹਨੂੰ ਉਹ ਕਰਦੀਆਂ ਨਾ ਬਲੈਂਡਰ, ਬਿਊਟੀ ਬਲੈਂਡਰ ਦੇ ਨਾਲ, ਅਤੇ ਬੜਾ ਵਧੀਆ ਲੱਗਦਾ, ਬੜਾ ਸੋਹਣਾ ਮੂੰਹ ਨਿਕਲ ਹੁੰਦਾ ਵਾ। ਸੋ ਮੈਂ ਬਿਊਟੀ ਬਲੈਂਡਰ ਨੂੰ ਨਾ ਇੱਦਾਂ ਗਿੱਲਾ ਕਰਕੇ ਰੱਖ ਲਿਆ ਸੀਗਾ, ਅਤੇ ਉਹਦੇ ਨਾਲ ਨਾ ਆਪਾਂ ਸਾਰਾ ਇੱਦਾਂ ਕਰਕੇ ਬਲੈਂਡ ਕਰ ਲਾਂਗੇ। ਇੱਕ ਵਾਰ ਤਾਂ ਤੁਹਾਨੂੰ ਦਮੋ ਐਂ ਚਿੱਟਾ ਚਿੱਟਾ ਲੱਗੂਗਾ। ਫਨੀ ਗੱਲ ਦੱਸਾਂ, ਮੇਰੇ ਹਸਬੈਂਡ ਬੜਾ ਇਸ ਚੀਜ਼ ਦਾ ਬੜਾ ਹੱਸਦੇ ਆ। ਜੇ ਕੋਈ ਨਿਆਣਾ ਵੇਖ ਦੋ ਤਾਂ ਡਰਨਾ ਜਾਵੇ। ਕਈ ਵਾਰ ਐਵੇਂ ਵੀ ਹੋ ਜਾਂਦਾ ਕਿ ਆਪਣਾ ਤਾਂ ਫਾਊਂਡੇਸ਼ਨ ਥੋੜ੍ਹਾ ਜਿਹਾ ਜ਼ਿਆਦਾ ਲੱਗ ਜਾਂਦਾ, ਤਾਂ ਕੋਈ ਚੱਕਰ ਨਹੀਂ, ਤਾਂ ਡਰਨ ਵਾਲੀ ਗੱਲ ਨਹੀਂ ਹੈਗੀ। ਬੰਦਾ ਮਾੜਾ ਜਿਹਾ ਲੱਗ ਕੇ ਨਾ ਮਾੜੇ ਕੱਪੜੇ ਨਾਲ ਧੁੱਪ ਧੁੱਪ ਸਾਫ਼ ਕਰ ਲਏ, ਇੱਦਾਂ ਕਰਕੇ ਕੰਨਾਂ ਦੇ ਉੱਤੇ ਵੀ ਲਾ ਲਾਂਗੇ। ਇੱਕ ਵਾਰ ਚਿੱਟਾ ਚਿੱਟਾ ਜਿਹਾ ਲੱਗੂਗਾ ਤੁਹਾਡਾ ਫੇਸ, ਬਾਅਦ 'ਚ ਹੌਲੀ ਹੌਲੀ ਸੈੱਟ ਹੋ ਜਾਵੇਗਾ। ਸੋ ਤੁਸੀਂ ਦੇਖ ਸਕਦੇ ਹੋ ਜਿੰਨਾ ਜਿਹੜਾ ਫਾਊਂਡੇਸ਼ਨ ਲਾਇਆ ਸੀ ਇਹਦੇ ਇੱਕਦਮ ਚਿੱਟਾ ਚਿੱਟਾ ਹੋ ਗਿਆ ਸੀ ਹੈ ਨਾ। ਸੋ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਤੁਸੀਂ ਸਕਿੰਨ ਟੋਨ ਦੇਖ ਸਕਦੇ ਹੋ, ਬਿਲਕੁਲ ਇੱਦਾਂ ਨੈਚੁਰਲ ਲੱਗ ਰਿਹਾ, ਲੱਗ ਹੀ ਨਹੀਂ ਲੱਗੀ ਫਾਊਂਡੇਸ਼ਨ ਲਾਇਆ ਵਾ। ਅਤੇ ਮੈਂ ਆਪਣੇ ਮਿਰਰ 'ਚ ਵੀ ਦੇਖ ਰਹੀ ਸੀ ਅਤੇ ਬਹੁਤ ਜ਼ਿਆਦਾ ਸੋਹਣਾ ਫਾਊਂਡੇਸ਼ਨ ਲੱਗ ਗਿਆ ਵਾ। ਅਤੇ ਇੱਦਾਂ ਹੀ ਕਰਕੇ ਬਿਊਟੀ ਪਾਰਲਰ ਵਾਲੀਆਂ ਧੱਕ ਦੇ ਦਿੰਦੀਆਂ ਵਾ, ਅਤੇ ਇੱਦਾਂ ਇਹਦੇ ਨਾਲ ਮੇਰੀਆਂ ਉਚਾਈਆਂ ਵੀ ਲੁੱਕ ਗਈਆਂ ਵਾ। ਤੁਸੀਂ ਦੇਖ ਸਕਦੇ ਹੋ ਗਰਦਨ ਅਤੇ ਫੇਸ ਦੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ, ਚਾਹੇ ਮੈਂ ਉਹਦੇ 'ਤੇ ਫਾਊਂਡੇਸ਼ਨ ਲਾਏ ਗਰਦਨ 'ਤੇ ਵੀ ਪਟ ਲਓ। ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਉਹ ਇੱਦਾਂ ਦੇ ਲੱਗ ਰਿਹਾ ਵੀ ਉਹ ਮਤਲਬ ਜ਼ਿਆਦਾ ਓਵਰ ਨਹੀਂ ਲੱਗ ਰਿਹਾ ਹੈਗਾ ਗਾ ਬਿਲਕੁਲ ਵੀ। ਅਤੇ ਆਪਾਂ ਜਿਵੇਂ ਕਿ ਡੇਲੀ ਬੇਸ 'ਤੇ ਆਪਾਂ ਮੇਕ ਡੇਲੀ ਰੂਟੀਨ 'ਤੇ ਆਪਾਂ ਜਿੱਦਾਂ ਵਲੋਗ ਬਣਾ ਰਹੇ ਹਾਂ, ਅਤੇ ਉਹਦੇ ਅਕੋਰਡਿੰਗ ਬਸ ਜਸਟ ਪ੍ਰਾਈਮਰ ਫਾਊਂਡੇਸ਼ਨ ਐਂਡ ਮੈਨੂੰ ਜਿਹੜੀ ਗੱਲਾਂ 'ਤੇ ਲਾਲੀ ਥੋੜ੍ਹੀ ਜਿਹੀ ਪਸੰਦ ਉਹ ਲਗਾਉਂਗੀ। ਅਤੇ ਕਿਉਂਕਿ ਜੇ ਆਪਾਂ ਹੈਵੀ ਮੇਕਅਪ ਕਰਨਾ ਵਾ ਤਾਂ ਕੰਸੀਲਰ ਹੋਰ ਕੀ ਹੁੰਦੇ ਆ ਬੜੇ ਪ੍ਰੋਡਕਟ ਜਿਹੇ ਹੁੰਦੇ ਵੀ ਲਾਉਣੇ ਪੈਂਦੇ ਆ। ਸੋ ਉਹਦੇ 'ਤੇ ਵੀ ਆਪਾਂ ਜਲਦੀ ਵਲੋਗ ਬਣਾਵਾਂਗੇ, ਜਿਵੇਂ ਜਾਗੋ ਜਾਗੋ ਲੁੱਕ ਕਿਵੇਂ ਆਪਾਂ ਰੈਡੀ ਆਪਣੇ ਆਪ ਹੋ ਸਕਦੇ ਹਾਂ, ਜਾਂ ਕਿਤੇ ਆਪਾਂ ਪਾਰਟੀ ਜਾਂ ਵਿਆਹ 'ਤੇ ਜਾਣਾ ਵਾ ਅਤੇ 10-15 ਮਿੰਟਾਂ ਦੇ ਵਿੱਚ ਆਪਣੇ ਆਪ ਨੂੰ ਆਪਾਂ ਕਿੱਦਾਂ ਰੈਡੀ ਕਰ ਸਕਦੇ। ਮੈਂ ਡੇਲੀ ਉਹਦੇ 'ਤੇ ਵੀ ਵਲੋਗ ਬਣਾਉਂਗੀ, ਉਹ ਮੇਕਅਪ 'ਤੇ ਵੀ ਵਲੋਗ ਬਣਾਉਂਗੀ, ਅਤੇ ਉਹਦੇ 'ਚ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਪ੍ਰੋਡਕਟ ਦੱਸਾਂ। ਅਤੇ ਮੈਂ ਤੁਹਾਡੇ ਨਾਲ ਇੱਕ ਗੱਲ ਇਹ ਵੀ ਕਰ ਦਿੰਦੀ ਹਾਂ ਕਿ ਮਤਲਬ ਜੇ ਮੈਂ ਪ੍ਰੋਡਕਟਾਂ ਦੇ ਨਾਮ ਨਹੀਂ ਦੱਸ ਰਹੀ ਇਹਦਾ ਮਤਲਬ ਇਹ ਨਹੀਂ ਗਾ ਕਿ ਮੈਂ ਮਤਲਬ ਗੰਦੇ ਜਾਂ ਘਟੀਆ ਪ੍ਰੋਡਕਟ ਯੂਜ਼ ਕਰ ਰਹੀ ਹਾਂ, ਨਹੀਂ ਬਿਲਕੁਲ ਨਹੀਂ, ਪ੍ਰੋਡਕਟ ਮੈਂ ਵਧੀਆ ਯੂਜ਼ ਕਰ ਰਹੀ ਹਾਂ। ਪਰ ਮੈਨੂੰ ਇਹ ਹੁੰਦਾ ਕਿ ਜੇ ਮੈਂ ਪ੍ਰੋਡਕਟ ਦਾ ਨਾਂ ਲੈ ਲਿਆ ਹੈ ਨਾ, ਤਾਂ ਤੁਸੀਂ ਵੀ ਸ਼ਾਇਦ ਉਹ ਲਿਆਓ ਅਤੇ ਤੁਹਾਡੀ ਸਕਿੰਨ 'ਤੇ ਉਹ ਸੂਟ ਨਾ ਬੈਠੇ, ਤਾਂ ਫਿਰ ਉਹਦੇ ਇੱਦਾਂ ਹੋ ਜਾਂਦਾ ਕਿ ਵੀ ਉਹਦੀ ਵੀਡੀਓ ਦੇਖ ਕੇ ਤਾਂ ਯੂਜ਼ ਕੀਤਾ ਸੀਗਾ ਅਤੇ ਇੱਦਾਂ ਹੋ ਜਾਂਦਾ ਵਾ। ਅਤੇ ਤਾਂ ਕਰਕੇ ਮੈਂ ਡਰਦੀ ਹਾਂ ਕਿ ਕਾਹ ਤੋਂ ਕਿਸੇ ਮਤਲਬ ਨਾਮ ਲੈਣਾ ਪ੍ਰੋਡਕਟ ਦਾ,
ਤੁਸੀਂ ਆਪਦੇ ਆਪਦੇ ਬਜਟ ਦੇ ਅਕੋਰਡਿੰਗ, ਆਪਦੀ ਸਕਿਨ ਦੇ ਅਕੋਰਡਿੰਗ ਤੁਸੀਂ ਆਪਦੇ ਪ੍ਰੋਡਕਟ ਲਓ, ਹੈ ਨਾ, ਜਿਹੜੀ ਵੀ ਤੁਹਾਡੀ ਸਕਿਨ ਦੇ ਅਕੋਰਡਿੰਗ, ਮਤਲਬ ਜੇ ਤੁਹਾਡੀ ਡਰਾਈ ਆ ਜਾਂ ਓਇਲੀ ਆ ਉਹਦੇ ਅਕੋਰਡਿੰਗ ਤੁਸੀਂ ਪ੍ਰੋਡਕਟ ਲੈ ਲਓ ਅਤੇ ਤੁਸੀਂ ਉਹ ਯੂਜ਼ ਕਰੋ। ਅਤੇ ਮੈਂ ਜਿੱਦਾਂ ਕਿ ਮੈਨੂੰ ਓਇਲੀ ਆਪਦਾ ਫੇਸ ਓਇਲੀ ਓਇਲੀ ਪਸੰਦ ਹੈ ਕਿਉਂਕਿ ਮੇਰੀ ਸਕਿਨ ਡਰਾਈ ਤਾਂ ਓਇਲੀ ਓਇਲੀ ਫੇਸ ਰੱਖਣਾ ਚਾਹੁੰਦੀ ਹਾਂ, ਅਤੇ ਇਸ ਲਈ ਮੈਂ ਪ੍ਰਾਈਮਰ ਵੀ ਓਇਲੀ ਹੀ ਯੂਜ਼ ਕੀਤਾ ਸੀਗਾ ਅਤੇ ਫਾਊਂਡੇਸ਼ਨ ਵੀ। ਅਤੇ ਮੈਨੂੰ ਜਿਹੜਾ ਇਹ ਹੈਗਾ ਵਾ ਨਾ, ਇਹ ਜਿਹੜੀ ਗੱਲਾਂ ਤਾਂ ਲਾ ਲਈ ਲਈਦੀ ਆ, ਇਹ ਨਾ ਦੂਜਾ ਵੈਸੇ ਤਾਂ ਇੱਕ ਆਪਾਂ ਦੂਸਰੀ ਬਰੱਸ਼ ਵਾਲੀ ਵੀ ਲਗਾ ਲਈ ਦੀ ਆ, ਬਟ ਮੈਂ ਬਰੱਸ਼ ਵਾਲੀ ਨਹੀਂ ਲਗਾਉਂਗੀ, ਮੈਂ ਲਗਾਉਂਗੀ ਇਹ ਵਾਲੀ। ਸੋ ਤੁਸੀਂ ਦੇਖ ਸਕਦੇ ਹੋ ਇਹ ਮਤਲਬ ਫਾਊਂਡੇਸ਼ਨ ਤੋਂ ਬਾਅਦ ਮੈਂ ਜਿਹੜਾ ਮੂੰਹ ਨਾਲ ਕੀਤਾ ਕਿੰਨਾ ਸੋਹਣਾ ਲੱਗ ਰਿਹਾ ਵਾ। ਸੋ ਉਸ ਤੋਂ ਬਾਅਦ ਮੈਂ ਥੋੜ੍ਹਾ ਫਾਊਂਡੇਸ਼ਨ ਕਹਿੰਦੇ ਹਾਂ ਕੀ ਕਹਿੰਦੇ ਹੁੰਦੇ ਇਹਨੂੰ, ਫੇਸ ਪਾਊਡਰ ਥੋੜ੍ਹਾ ਜਿਹਾ ਯੂਜ਼ ਕਰੂੰਗੀ, ਮੈਨੂੰ ਬਹੁਤ ਪਸੰਦ ਆ ਫੇਸ ਪਾਊਡਰ ਲਾਉਣਾ, ਅਤੇ ਇੱਦਾਂ ਦਾ ਕਰਕੇ ਟੈਪ ਟੈਪ ਕਰਕੇ ਫਾਊਂਡੇਸ਼ਨ ਵੀ ਲਗਾ ਲਾਂਗੇ। ਮਤਲਬ ਕਿ ਆਪਾਂ ਫਾਊਂਡੇਸ਼ਨ ਤੋਂ ਬਾਅਦ ਚੰਗੀ ਤਰ੍ਹਾਂ ਫੇਸ ਪਾਊਡਰ ਲਾ ਲੈਣਾ ਆਪਣੇ ਚੰਗੀ ਤਰ੍ਹਾਂ ਫੇਸ 'ਤੇ, ਉਹ ਵੀ ਟੈਪ ਟੈਪ ਕਰਕੇ। ਸੋ ਸਾਰਾ ਡਨ ਆ, ਅਤੇ ਹੁਣ ਆਪਾਂ ਕਰ ਲਾਂਗੇ ਆਈਬ੍ਰੋ ਬਣਾ ਲਾਂਗੇ, ਅਤੇ ਇਹ ਵੀ ਮੇਰੇ ਸੱਚੀ ਫੇਵਰੇਟ ਆ। ਫਰਕ ਦੇਖੋ ਤੁਸੀਂ, ਅਤੇ ਆਈਬ੍ਰੋ ਜਦੋਂ ਫੇਸ 'ਤੇ ਦਬਾਉਂਦਾ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ। ਸੋ ਤੁਸੀਂ ਚੈੱਕ ਕਰ ਸਕਦੇ ਹੋ ਆਈਬ੍ਰੋ ਵੀ ਡਨ ਹੋ ਗਿਆ, ਅਤੇ ਆਈਬ੍ਰੋ ਜਦੋਂ ਬਣ ਜਾਂਦੇ ਤਾਂ ਚੇਂਜ ਹੋ ਜਾਂਦੀ ਫੇਸ ਦੀ ਲੁੱਕ। ਸੋ ਮੈਂ ਹਾਈਲਾਈਟਰ ਹੁਣ ਲਗਾ ਲੂੰਗੀ ਮਾੜਾ ਜਿਹਾ ਫੇਸ 'ਤੇ, ਕਿਉਂਕਿ ਜਿੱਦਾਂ ਕਿ ਮੈਨੂੰ ਆਇਲੀ ਸਕਿਨ ਓਇਲੀ ਪਸੰਦ ਹੈ, ਅਤੇ ਮੈਨੂੰ ਐਂ ਲੱਗਦਾ ਕਿ ਮੇਰਾ ਫੇਸ ਸ਼ਾਈਨ ਸ਼ਾਈਨ ਕਰੇ ਤਾਂ ਜ਼ਿਆਦਾ ਸੋਹਣਾ ਲੱਗੂਗਾ। ਸੋ ਆਪਾਂ ਹੁਣ ਥੋੜ੍ਹਾ ਜਿਹਾ ਹਾਈਲਾਈਟਰ ਲਗਾ ਲਾਂਗੇ, ਅਤੇ ਇਹ ਮੈਂ ਲਗਾਉਂਗੀ ਜਿਸ ਦਿਨ ਆਪਾਂ ਫੇਸ ਪਾਹ ਲਾਈ ਦਾ, ਲਾਲੀ ਜੀ ਲਾਈ ਦੀ ਆ, ਅਤੇ ਮੈਂ ਇਹਦੇ ਨਾਲ ਹੀ ਲਾਉਂਗੀ। ਤੁਸੀਂ ਚੈੱਕ ਕਰ ਸਕਦੇ ਜੇ ਗਲੋ ਹਾਈਲਾਈਟਰ ਦਾ। ਤੁਸੀਂ ਮੇਕਅਪ ਉੱਦਾਂ ਕਰੋ ਕਿ ਕਿਸੇ ਨੂੰ ਲੱਗੇ ਨਾ ਵੀ ਤੁਸੀਂ ਮੇਕਅਪ ਕੀਤਾ, ਅਤੇ ਹੁਣ ਤੁਸੀਂ ਮੇਰੇ ਸਟਾਰਟਿੰਗ ਤੋਂ ਵੀਡੀਓ ਦੇਖ ਸਕਦੇ ਜੇ ਅਤੇ ਹੁਣ ਦੇਖ ਸਕਦੇ ਜੇ। ਸੋ ਫਾਈਨਲੀ ਮੇਕਅਪ ਡਨ ਆ। ਸੋ ਹੁਣ ਆਪਾਂ ਲਿਪਸਟਿਕ ਦੀ ਵਾਰੀ ਆ, ਲਿਪਸਟਿਕ ਦੇ ਬਿਨਾਂ ਮੇਕਅਪ ਜਮਾਂ ਅਧੂਰਾ ਜਮਾਂ। ਸੋ ਹੁਣ ਮੈਂ ਦੇਖਦੀ ਹਾਂ ਕਿ ਲਿਪਸਟਿਕ ਇਹਨਾਂ 'ਚ ਕਿਹੜੀ ਲਗਾਉਣਾ। ਫਿੱਕੀ ਜਿਹੀ ਮੇਕਅਪ ਲਿਪਸਟਿਕ ਮੇਕਅਪ ਜ਼ਿਆਦਾ ਪਸੰਦ ਆਉਂਦੀ, ਬਹੁਤ ਹੀ ਗੂੜੀਆਂ ਮੇਕਅਪ ਮਤਲਬ ਕਿ ਗੂੜੀ ਸੁਰਖੀ ਉਦੋਂ ਸੋਹਣੀ ਲੱਗਦੀ ਜਦੋਂ ਫਿੱਕਾ ਸੂਟ ਪਾਇਆ ਹੋਵੇ, ਅਤੇ ਮੈਂ ਫਿੱਕੀ ਸੁਰਖੀ ਉਦੋਂ ਲਾਉਂਦੀ ਹਾਂ ਜਦੋਂ ਗੂੜਾ ਜਿਹਾ ਸੂਟ ਪਾਇਆ ਹੋਵੇ। ਤੁਸੀਂ ਚੈੱਕ ਕਰ ਸਕਦੇ ਸਾਰਾ ਮੇਕਅਪ ਡਨ, ਅਤੇ ਕੁਛ ਰਹਿੰਦਾ ਤਾਂ ਨਹੀਂ ਹਾਲੇ ਲਾਉਣ ਵਾਲਾ ਮੂੰਹ 'ਤੇ, ਨਹੀਂ ਕੁਛ ਨਹੀਂ ਰਹਿ ਗਿਆ ਲਾਉਣ ਵਾਲਾ। ਅਤੇ ਹੁਣ ਆਪਾਂ ਬਸ ਇੱਕ ਬਿੰਦੀ ਲਗਾ ਲਾਂਗੇ ਬਲੈਕ। ਸੋ ਸੋ ਸਾਰਾ ਮੇਕਅਪ ਡਨ ਆ, ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਵੀ ਓਵਰ ਨਹੀਂ ਲੱਗ ਰਿਹਾ ਜਾਂ ਕਿੱਦਾਂ ਵਾ। ਤੁਸੀਂ ਦੇਖ ਸਕਦੇ ਜੇ ਮੇਰਾ ਫੇਸ ਵੀ ਕਿੰਨਾ ਗਲੋ ਕਰ ਰਿਹਾ, ਅਤੇ ਹਾਈਲਾਈਟਰ ਨੇ ਤਾਂ ਹੋਰ ਜ਼ਿਆਦਾ ਫੇਸ ਦੀ ਡੋਟ 'ਚ ਕੱਢ ਦਿੱਤੀ ਆ। ਅਤੇ
ਹੁਣ ਹੈਗਾ ਹੀ ਉਸ ਕੋਲ। ਸੋ ਇਹ ਹੈਗੀ ਆਪਣੀ ਫਾਈਨਲ ਲੁੱਕ। ਤਾਂ ਤੁਸੀਂ ਦੇਖ ਸਕਦੇ ਹੋ ਜ਼ਿਆਦਾ ਬਿਲਕੁਲ ਓਵਰ ਮੇਕਅਪ ਨਹੀਂ ਹੈਗਾ ਅਤੇ ਡੇਲੀ ਇੰਨਾ ਕੁ ਮੇਕਅਪ ਬਹੁਤ ਸੋਹਣਾ ਲੱਗਦਾ ਵਾ। ਅਤੇ ਜਿੰਨਾ ਕੁ ਜੇ ਮੈਂ ਥੋੜ੍ਹਾ ਜਿਹਾ ਫਾਊਂਡੇਸ਼ਨ ਤੁਹਾਨੂੰ ਲੱਗੇ ਵੀ ਆਪਾਂ ਜ਼ਿਆਦਾ ਲਾ ਲਿਆ ਵਾ ਤਾਂ ਤੁਸੀਂ ਘੱਟ ਲਾ ਸਕਦੇ ਜੀ। ਅਤੇ ਮਤਲਬ ਫਾਊਂਡੇਸ਼ਨ ਮੇਰਾ ਜ਼ਿਆਦਾ ਲਾਉਣ ਦਾ ਕਾਰਨ ਇਹ ਹੈ ਕਿ ਮੇਰੇ ਛਾਈਆਂ ਦਿਸਦੀਆਂ ਵਾ। ਸੋ ਤੁਸੀਂ ਚੈੱਕ ਕਰ ਸਕਦੇ ਵੀ ਛਾਈਆਂ ਬਿਲਕੁਲ ਕਵਰ ਹੋ ਗਈਆਂ ਵਾ ਉਨੇ ਕੁ। ਅਤੇ ਜ਼ਿਆਦਾ ਆਪਾਂ ਓਵਰ ਮੇਕਅਪ ਨਹੀਂ ਕੀਤਾ ਗਿਆ। ਤੁਹਾਡੇ ਸਾਹਮਣੇ ਜਮ੍ਹਾਂ ਰਿਜ਼ਲਟ ਬਿਲਕੁਲ ਸਾਹਮਣੇ ਆ, ਲਾਈਟਾਂ ਵੀ ਔਫ ਆ ਅਤੇ ਜਸਟ ਮੇਰੇ ਸਾਹਮਣੇ ਜਿਹੜੀ ਲਾਈਟ ਵੱਜ ਰਹੀ ਉਹੀ ਆ। ਅਤੇ ਇੰਨਾ ਕੁ ਮੇਕਅਪ ਬੰਦੇ ਦੇ ਵੈਸੇ ਵੀ ਸੋਹਣਾ ਲੱਗਦਾ ਵਾ। ਕੁਆਰੀ ਕੁੜੀ ਵੀ ਇੰਨਾ ਕੁ ਮੇਕਅਪ ਕਰ ਸਕਦੀ ਆ ਅਤੇ ਵਿਆਹੀ ਕੁੜੀ ਵੀ ਇੰਨਾ ਕੁ ਮੇਕਅਪ ਕਰ ਸਕਦੀ। ਵਿਆਹੀ ਕੁੜੀ ਥੋੜ੍ਹਾ ਜਿਹਾ ਜ਼ਿਆਦਾ ਮੇਕਅਪ ਕਰਦੀ ਆ ਕਿਉਂਕਿ ਉਹਨੇ ਸੁਰਖੀ ਲਾਉਣੀ ਹੁੰਦੀ ਆ, ਹੈ ਨਾ। ਮੈਂ ਵੀ ਚਲੋ ਵਿਆਹੀ ਹਾਂ, ਉਹਨੇ ਸੁਰਖੀ ਗੂੜੀ ਲਾਉਣੀ ਹੁੰਦੀ ਆ, ਚਲੋ ਮੈਂ ਵੀ ਵਿਆਹੀ ਹਾਂ। ਪਰ ਮੈਨੂੰ ਜ਼ਿਆਦਾ ਮੇਕਅਪ ਇੰਨਾ ਬਹੁਤ ਪਸੰਦ ਨਹੀਂ ਹੈਗਾ ਜ਼ਿਆਦਾ ਗੂੜਾ ਗੂੜਾ ਮੇਕਅਪ ਕਰਕੇ ਰੱਖਣਾ। ਬਟ ਕੋਈ ਨਹੀਂ, ਕਿਸੇ ਦਿਨ ਆਪਾਂ ਗੂੜਾ ਮੇਕਅਪ ਵੀ ਕਰਾਂਗੇ। ਅਤੇ ਜੇ ਤੁਹਾਨੂੰ ਮੇਰਾ ਇਹ ਵਾਲਾ ਮੇਕਅਪ ਪਸੰਦ ਆਇਆ ਤਾਂ ਜ਼ਰੂਰ ਤੁਸੀਂ ਟਰਾਈ ਕਰਿਆ ਕਰੋ। ਮਤਲਬ ਬੰਦਾ ਹੌਲੀ ਹੌਲੀ ਸਿੱਖ ਲੈਂਦਾ ਵਾ। ਤੁਹਾਨੂੰ ਮੈਂ ਇੱਕ ਆਪਦਾ ਪਰਸਨਲ ਦੱਸਦੀ ਹਾਂ ਕਿ ਮੈਨੂੰ ਬਿਲਕੁਲ ਵੀ ਮੇਕਅਪ ਨਹੀਂ ਕਰਨਾ ਆਉਂਦਾ, ਸੱਚੀ ਨਹੀਂ ਮੇਕਅਪ ਕਰਨਾ ਆਉਂਦਾ। ਪਰ ਜਦੋਂ ਮੇਰੇ ਸ਼ੂਟ ਹੁੰਦੇ ਰਹਿੰਦੇ ਤਾਂ ਮੈਂ ਮਾੜਾ ਮਾੜਾ ਜਿਹਾ ਸਿੱਖਦੀ ਰਹਿੰਦੀ ਸੀ ਜਿਵੇਂ। ਅਤੇ ਫਿਰ ਜਦੋਂ ਚਲੋ ਵਿਆਹ ਹੋ ਗਿਆ ਤਾਂ ਵਿਆਹ ਹੋ ਗਿਆ, ਜਦੋਂ ਮੈਨੂੰ ਆਪੇ ਮੇਕਅਪ ਕਰਨਾ ਪੈਂਦਾ ਵਾ, ਹੈ ਨਾ, ਅਤੇ ਬੰਦਾ ਐਵੇਂ ਹੌਲੀ ਹੌਲੀ ਸਿੱਖ ਲੈਂਦਾ ਵਾ। ਹਾਂਜੀ, ਅਤੇ ਜੇ ਤੁਹਾਨੂੰ ਮੇਰਾ ਇਹ ਮੇਕਅਪ ਪਸੰਦ ਆਇਆ ਤਾਂ ਮੈਂ ਜ਼ਰੂਰ ਨੈਕਸਟ ਵਲੌਗ ਬਣਾਉਂਗੀ ਮੇਕਅਪ 'ਤੇ। ਅਤੇ ਉਹਨਾਂ ਟਾਈਮ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਪਿਛਲੇ ਵਲੌਗਸ ਨੂੰ ਪਿਆਰ ਦਿਓ, ਨੈਕਸਟ ਵਲੌਗ ਆਉਣ ਤੱਕ ਅਤੇ ਇਸ ਵਲੌਗ ਨੂੰ ਇੰਜੋਏ ਕਰੋ, ਪਿਛਲੇ ਵਲੌਗਾਂ ਨੂੰ ਇੰਜੋਏ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ, ਬਾਏ ਬਾਏ।